ਜਿਹੜਾ ਫਰਜ ਬਣ ਜਾਂਦਾ ਹੈ। ਹੁਣ ਤੱਕ ਆਪਾਂ ਕੀ ਕੀਤਾ ਕੀ ਹੋਇਆ ਤਾਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਮਾਨਯੋਗ ਹਾਈ ਕੋਰਟ ਦੇ ਬਹੁਤ ਹੀ ਕਾਬਲ ਅਫਸਰਾਂ ਵੱਲੋਂ ਜੱਜ ਸਾਹਿਬਾਨ ਵੱਲੋਂ ਐਕਸ਼ਨ ਲਿਆ ਗਿਆ ਸੀ। ਕਾਹਦੇ ਉੱਤੇ? ਜਿਹੜੀ ਵੀਡੀਓ ਦੇ ਉੱਤੇ ਆਪਾਂ ਲਗਾਤਾਰ ਪਿਛਲੇ 8 ਮਹੀਨਿਆਂ ਤੋਂ ਸਰਕਾਰ ਨੂੰ ਪੁੱਛਦੇ ਆ ਰਹੇ ਹਾਂ ਕਿ ਇਹ ਬੰਦਾ ਘੱਟੋ ਘੱਟ 100 ਤੋਂ ਵੱਧ ਮੁਕਾਬਲਿਆਂ ਦੇ ਵਿੱਚ ਲੋੜੀਂਦਾ ਹੈ। ਇਹਦੇ ਉੱਤੇ ਕ੍ਰਿਮੀਨਲ ਫਰੋਤੀਆਂ ਦੇ ਮਰਡਰਾਂ ਦੇ ਇੰਨੇ ਜ਼ਿਆਦਾ ਪਰਚੇ ਦਰਜ ਹੈ, ਪਰੰਤੂ ਤੁਸੀਂ ਕਿਸ ਕਾਨੂੰਨ ਦੇ ਅਧੀਨ ਇਹਨੂੰ ਇੰਟਰਵਿਊ ਕਰਨ ਦੀ ਆਗਿਆ ਦਿੱਤੀ ਹੈ ਜਾਂ ਤੁਸੀਂ ਕਰਵਾਈ ਹੈ ਜਾਂ ਕਿਹੜੇ ਅਫਸਰਾਂ ਨੇ ਕਰਵਾਈ ਹੈ? ਸਰਕਾਰ ਸਥਿਤੀ ਨੂੰ ਸਪਸ਼ਟ ਕਰੇ, ਪਰੰਤੂ ਸਰਕਾਰ ਨੇ ਬੜੇ ਬੇਈਮਾਨੀ ਤਰੀਕੇ ਦੇ ਨਾਲ ਸਾਨੂੰ ਵੀ ਕੋਰਟ ਜਾਣ ਤੋਂ ਰੋਕ ਲਿਆ, ਕਿਉਂਕਿ ਮਾਨਯੋਗ ਕੋਰਟ ਨੇ 100 ਵੋਟੋ ਐਕਸ਼ਨ ਦਾ ਹੀ ਮਤਲਬ ਹੁੰਦਾ, ਜੇ ਕੋ ਅਦਾਲਤ ਆਪਣੇ ਆਪ ਹੀ ਐਕਸ਼ਨ ਲੈ ਰਹੀ ਹੈ ਤਾਂ ਆਪਾਂ ਨੂੰ ਪਟੀਸ਼ਨ ਪਾਉਣ ਦੀ ਲੋੜ ਨਹੀਂ ਪੈਂਦੀ, ਤਾਂ ਫਿਰ ਆਪਣਾ ਜਾਣਾ ਉੱਥੇ ਐਵੇਂ ਟਾਈਮ ਦੀ ਬਰਬਾਦੀ ਸੀ। ਅਦਾਲਤ ਨੇ ਆਪਣੇ ਆਪ ਉਹਦਾ ਐਕਸ਼ਨ ਲਿਆ, ਪਰੰਤੂ ਸਰਕਾਰ ਨੇ ਬੜੀ ਚਲਾਕੀ ਦੇ ਨਾਲ ਅਦਾਲਤ ਦੇ ਹੁਕਮਾਂ ਨੂੰ ਵੀ ਨੱਪਣ ਦੀ ਕੋਸ਼ਿਸ਼ ਕੀਤੀ, ਫਟਾਫਟ ਉੱਤੇ ਇੱਕ ਸਿੱਟ ਕਾਇਮ ਕਰਕੇ, ਜਿਹੜੀ ਸਿੱਟ ਦੀ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਹੋਈ, ਕੋਈ ਰਿਪੋਰਟ ਨਹੀਂ ਹੋਈ। ਉਹਦਾ ਇਹ ਕਹਿ ਲਓ ਵੀ ਪਰਮਾਤਮਾ ਤੁਹਾਡੀਆਂ ਜਿਹੜੀਆਂ ਲੱਖਾਂ ਕਰੋੜਾਂ ਦੁਆਵਾਂ ਨੇ ਉਹ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੁੰਦੀਆਂ ਨੇ, ਕਦੇ ਅਰਦਾਸ ਕਹਿੰਦੇ ਕਦੇ ਵਿਅਕਤੀ ਨਹੀਂ ਜਾਂਦੇ। ਉਹਦੇ ਤਹਿਤ ਮੁਕੱਦਮਾ ਕੋਈ ਹੋਰ ਪਟੀਸ਼ਨ ਪਈ ਸੀ, ਕੋਈ ਪਾਸਕੋ ਦਾ ਕੇਸ ਸੀ, ਜੱਜ ਸਾਹਿਬ ਦੇ ਧਿਆਨ ਦੇ ਵਿੱਚ ਆਇਆ ਮੰਗ ਕਰ ਰਿਹਾ, ਉਹਦਾ ਕੀ ਬਣਿਆ? ਤਾਂ ਸਰਕਾਰ ਤੋਂ ਉਸ ਸਿੱਖ ਦੀ ਰਿਪੋਰਟ ਦਾ ਸਟੇਟਸ ਮੰਗਿਆ ਕੀ ਹੈ, ਕਿੱਥੇ ਗੱਲ ਖੜੀ ਹੈ? ਤਾਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਹੁਣ ਅਦਾਲਤ ਅੱਗੇ ਜਵਾਬ ਕੀ ਦਈਏ, ਤਾਂ ਹੱਥ ਉੱਥ ਬੰਨ ਕੇ ਕਿਵੇਂ ਨਾ ਕਿਵੇਂ ਕਰਕੇ ਤਰੀਕ ਲੈ ਗਏ ਵੀ ਸਾਨੂੰ ਸਮਾਂ ਦੇ ਦਿਓ। ਸਮਾਂ ਤਾਂ ਪਹਿਲੇ ਆਲਰੇਡੀ 8-9 ਮਹੀਨੇ ਲੈ ਚੁੱਕੇ ਹੋ ਤੁਸੀਂ, ਮਾਰਚ ਦੀ ਗੱਲ ਹੈ ਤੇ ਅੱਜ ਦੇਖ ਲਓ ਸਾਲ ਖਤਮ ਹੋ ਕੇ ਆਇਆ, ਸਮਾਂ ਤਾਂ ਬਹੁਤ ਗਿਆ, ਪਰੰਤੂ ਫਿਰ ਵੀ ਅਦਾਲਤ ਅੱਗੇ ਗੁਹਾਰ ਲਈ ਵੀ ਸਾਨੂੰ ਸਮਾਂ ਦਿੱਤਾ ਜਾਵੇ। ਹੁਣ 28 ਤਰੀਕ ਤੱਕ ਮੇਰੀ ਉਮੀਦ ਹੈ ਮਾਨਯੋਗ ਜੱਜ ਸਾਹਿਬ ਜਿੰਨਾ ਉਹਨਾਂ ਨੇ ਧਿਆਨ ਦੇ ਨਾਲ ਇਸ ਮਾਮਲੇ ਨੂੰ ਪੜਤਾਲਿਆ ਬਚਿਆ, ਤਾਂ ਆਪਾਂ ਨੂੰ ਕੋਈ ਨਾ ਕੋਈ ਵਧੀਆ ਉਹ ਤੋਂ ਕੋਈ ਖਬਰ ਮਿਲ ਸਕਦੀ ਹੈ ਜੋ ਆਪਣੀ ਜਸਟਿਸ ਲਈ ਪਲੱਸ ਪੁਆਇੰਟ ਹੋ। ਅਗਲੀ ਗੱਲ, ਇਕੱਲੀ ਇਹ ਨਹੀਂ ਵੀ ਇਕੱਲੀ ਸਟੇਟ ਗੌਰਮੈਂਟ ਹੀ ਆਪਣੇ ਖਿਲਾਫ ਚੱਲ ਰਹੀ ਹੈ, ਤੁਸੀਂ ਸੈਂਟਰ ਦਾ ਦੇਖ ਲਓ। ਸੈਂਟਰ ਨੇ CRPC 268/1973 ਲਾਗੂ ਕਰਤਾ ਲੋਨ ਸਟੇਟ, ਕਾਹਦੇ ਲਈ ਕੀ ਲੋੜ ਪੈਗੀ? ਜੇ ਆਪਾਂ ਮੋਟੇ ਤੌਰ ਤੇ ਦੇਖੀਏ ਉਹਦੀ 2-3 ਜਗ੍ਹਾ ਤੇ ਲੋੜ ਪੈਂਦੀ ਹੈ ਵੀ ਅਪਰਾਧੀ ਜੇ ਬਾਹਰ ਆਉਂਦਾ ਤਾਂ ਭੀੜ ਨਾ ਹੁੰਦਾ ਕਰਦੇ, ਜਾਂ ਉਹਦੇ ਨਾਲ ਬਾਹਰ ਆਉਣ ਦੇ ਨਾਲ ਕਿਸੇ ਹੋਰ ਕਾਨੂੰਨ ਨੂੰ ਖਤਰਾ ਪੈਦਾ ਹੁੰਦਾ, ਮਾਈਨਰ ਦੇ ਬਹਾਨੇ ਲਾ ਕੇ ਉਹਨੂੰ ਜਾ ਕੇ ਗੁਜਰਾਤ ਦੀ ਜੇਲ੍ਹ 'ਚ ਬੰਦ ਕਰਦਾ ਵੀ 1 ਸਾਲ ਵਾਸਤੇ ਫਰਮਾਨ ਸੁਣਾਤਾ ਵੀ ਲਾਰੈਂਸ ਕਿਸੇ ਵੀ ਸੁਣਵਾਈ ਦੇ ਵਿੱਚ ਹਾਜ਼ਰ ਨਹੀਂ ਹੋਊਗਾ, ਕਿਤੇ ਨਹੀਂ ਜਾਊਗਾ, ਗੁਜਰਾਤ 'ਚ ਰਹੂਗਾ, ਬਿਨਾਂ ਕਿ ਉਹਦੇ 'ਚ ਮੁਕੱਦਮਾ ਹੀ ਨਹੀਂ ਕੋਈ। ਆ ਜਿਹੜਾ NDPS ਦਾ ਮੁਕੱਦਮਾ ਪਾਇਆ ਉਹ ਵੀ ਇਹਨਾਂ ਨੇ ਉਹਨੂੰ ਉੱਥੇ ਲਿਆਉਣ ਦੇ ਬਹਾਨਾ ਬਣਾਉਣ ਦੇ ਬਾਰੇ ਨੇ ਵੀ ਇਸ ਬਹਾਨੇ ਨੂੰ ਗੁਜਰਾਤ 'ਚ ਲੈ ਜਾਣਾ, ਉੱਥੇ ਉਹਦੇ ਕੋਈ ਮੁਕੱਦਮਾ ਨਹੀਂ। ਰਾਜਸਥਾਨ ਦੇ, ਪੰਜਾਬ ਦੇ, ਹਰਿਆਣਾ, ਦਿੱਲੀ ਦੇ ਉਹਦੇ 100 ਤੋਂ ਵੱਧ ਬੱਚੇ, ਇੱਥੇ ਉਹਨੂੰ ਕੋਈ ਇੱਕ ਸੈਲੀਬ੍ਰਿਟੀ ਦਾ ਵੱਡਾ ਕਤਲ ਕਰਤਾ ਜਿਹੜਾ 14 ਰੁਪਇਆ ਸਰਕਾਰ ਨੂੰ ਟੈਕਸ ਪਾਸਾ ਕਰਦਾ ਸੀ, ਔਰ ਇੱਕ ਬੜੇ ਵਧੀਆ ਮਿਸ਼ਨ ਦੇ ਉੱਤੇ ਆਪਣੇ ਇਲਾਕੇ ਦੀ ਆਪਣੇ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਸੀ, ਉਹਦਾ ਕਤਲ ਇਹਨਾਂ ਵਾਸਤੇ ਕੋਈ ਮਾਰੇ ਨਹੀਂ ਲੱਗਦਾ। ਦੇਖੋ ਤੁਸੀਂ ਕਿੱਡੀ ਵੱਡੀਆਂ ਸਾਜ਼ਿਸ਼ਾਂ ਉਹਨੂੰ ਬਚਾਉਣ ਦੇ ਉੱਤੇ ਲੱਗੇ ਹੋਏ। ਤੁਸੀਂ ਜੇ ਧਿਆਨ ਨਾਲ ਮੇਰਾ ਟਵਿੱਟਰ ਵੇਖਿਆ ਹੋਵੇ, ਉਹ ਪਰਸੋਂ ਚੌਥੇ ਵੀ ਟਵੀਟ ਕੀਤਾ ਸੀ, ਤਿਹਾੜ ਜੇਲ੍ਹ ਦੇ ਵਿੱਚ ਜੇਲ੍ਹ ਮੰਤਰੀ
ते जेल दे अफसर मिलके कैदियां नूं सहूलतां देण दे पैसे लैंदे सीबीआई दे कोल ओह केस चलाए। सीबीआई अगली कार्रवाई वास्ते अदालत तो इजाजत मंगी, सरकार ने उस अफसर नूं सस्पेंड भी करता, यानी बंद नहीं कर। हाँ होया, जो सीबीआई कह रही है वो गल सच्ची है। उहदे बावजूद उन्हां समयां दे विच ई लॉरेंस तिहाड़ जेल दे विच नहीं सी कि मेरे पुत्र मरण तो बाद बधाइयां दित्तियां गईयां, भाई मुबारक यानी गड्डी चाढ़ता। उस तिहाड़ जेल दे विच फोन गया तो तुसीं कहिंदे हो जी जेल दे विच तां फोन ही नहीं चलदे। ਕੀ ਜਿਹੜਾ ਉਹ ਘੁਟਾਲਾ 10-12 ਕਰੋੜ ਰੁਪਏ ਦਾ, 10-12 ਕਰੋੜ ਰੁਪਇਆ ਨਹੀਂ ਇਕੱਠਾ ਹੋ ਜਾਂਦਾ? ਠੀਕਰੀ ਇਕੱਠੀ ਨਹੀਂ ਹੁੰਦੀ ਜੇ ਆਪਾਂ ਕਰਨ ਲੱਗੇ ਜੀ। ਜੇ ਇੰਨੀਆਂ ਵੱਡੀਆਂ ਰਕਮਾਂ ਇਹ ਅਪਰਾਧੀ ਉੱਥੋਂ ਦੀ ਜੇਲ੍ਹ 'ਚ ਬਹਿ ਕੇ ਇਕੱਠੀਆਂ ਕਰਦੇ ਆ ਤੇ ਪ੍ਰਸ਼ਾਸਨ ਨੂੰ ਦਿੰਦੇ ਆ, ਫਿਰ ਜਾ ਕੇ ਮਹਾਤੜਾਂ ਦੇ ਜਵਾਬ ਮਰਦੇ ਆ, ਫਿਰ ਪਾਲਣਾ ਬਣਦੀਆਂ, ਫਿਰ ਫਰੋਕੀਆਂ ਦਾ ਜਿਹੜਾ ਸਿਸਟਮ ਹੈ ਸਾਰੇ ਮੁਲਕ ਭਰ ਦੇ ਵਿੱਚ ਚਲਾ ਰਹੇ ਨੇ, ਖਾਸ ਕਰਕੇ ਉੱਤਰੀ ਭਾਰਤ ਵਿੱਚ ਤਾਂ ਬਹੁਤ ਹੀ ਜ਼ਿਆਦਾ ਹੈ, ਉਹ ਤਾਂ ਸਿਰੇ ਚੜ੍ਹਦਾ ਹੈ। ਜਿਹੜੀ ਗੱਲ ਇਹਨਾਂ ਨੇ ਆਪਣੀਆਂ ਏਜੰਸੀਆਂ ਹੀ ਸਾਫ਼ ਕਰੀਆਂ, ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿ ਰਿਹਾ, ਮੈਂ ਜੋ ਗੱਲ ਕਰ ਰਿਹਾ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ 'ਤੇ ਆਈ ਹੋਈ ਗੱਲ ਜਿਹਦਾ ਮੇਰੇ ਕੋਲ ਪ੍ਰੂਫ ਹੈ। ਕੋਈ ਕੱਲ੍ਹ ਨੂੰ ਪੁੱਛੇ ਮੈਂ ਉਸ ਗੱਲ ਨੂੰ ਸਾਫ਼ ਕਰਨ ਨੂੰ ਤਿਆਰ ਹਾਂ, ਕੋਈ ਆਪਣੇ ਕੋਲੋਂ ਬਣਾ ਕੇ ਗੱਲ ਨਹੀਂ ਕਹਿੰਦਾ ਕਰਦਾ। ਪਰ ਸਰਕਾਰ ਉਹਨਾਂ ਦੀ ਪਿੱਠ ਪਿੱਛੇ ਖੜੀ। ਤੁਸੀਂ ਦੇਖੋ ਜੈਡ ਪਲੱਸ ਦਾ ਉਹਨੂੰ ਸਕਿਉਰਟੀ ਦੇ ਰੱਖੀ ਹੈ, ਉਹ ਜੇ ਭਲੇ ਉਹ ਮੰਨ ਸੋ 3 DSP ਲਾ ਕੇ 300 ਬੰਦਾ ਪੁਲਿਸ ਫੋਰਸ ਦਾ ਲਾ ਕੇ ਵੀ ਉਹ ਬੰਦਾ ਸੇਫ ਨਹੀਂ, ਤਾਂ ਤੁਹਾਡੀ ਅਹਿਮਦਾਬਾਦ ਦੀ ਜੇਲ੍ਹ 'ਚ ਜਾ ਕੇ ਸੇਫ ਹੈ? ਤੁਸੀਂ ਯਾਰ ਉਨੀ ਉਮਰ ਇੱਕ ਦੇ ਦਿਓ ਕੀ ਜਿਹੜਾ ਦੇਣਾ ਹੈ, ਮੁਲਕ ਉਹਦੇ ਹਵਾਲੇ ਕਰ ਦਿਓ ਵੀ ਜਿਹੜੇ ਰਹਿ ਗਏ ਭਾਈ ਉਹਨਾਂ ਨੂੰ ਮਾਰ ਦੇ ਤੇ ਚੰਗੇ ਲੱਗਦੇ ਰੱਖ ਲਾ, ਜਿਹੜਾ ਮਾੜੀ ਜਿੱਦਾਂ ਹੁਣ ਕੀ ਕਰਦਾ ਉਹਨੂੰ ਮਰਵਾ ਦੇ। ਇਹਤੋਂ ਵੱਧ ਪੁਸ਼ਟ ਪਨਾਹੀ ਗੈਂਗਸਟਰਵਾਦ ਦੀ ਕੀ ਹੋਊਗੀ ਜਿਹੜੀਆਂ ਦੋਨੇ ਸਰਕਾਰਾਂ ਮਿਲ ਕੇ ਕਰੇਗਾ? ਸਾਡੀ ਸਟੇਟ ਉਹਦੀ ਜੇਲ੍ਹ ਦੇ ਵਿੱਚ ਵੀਡੀਓ ਕਰਵਾ ਦਿੰਦੀ ਹੈ, ਆਪਣੀ ਕਸਟਡੀ ਦੇ ਵਿੱਚ ਕਰਵਾ ਦਿੰਦੀ ਹੈ, ਅੱਜ ਤੱਕ ਉਹਦੀ ਰਿਪੋਰਟ ਨਹੀਂ ਦੇ ਰਹੇ। ਸੋ ਮੋਟੋ ਐਕਸ਼ਨ ਹੁੰਦਾ, ਅਦਾਲਤ ਕਦੇ ਕਦੇ ਕੋਈ ਐਕਸ਼ਨ ਲੈ ਲੈਂਦੀ ਹੈ, ਪਰੰਤੂ ਇਸ ਕੇਸ ਦੇ ਵਿੱਚ ਅਦਾਲਤ ਨੂੰ 2 ਵਾਰ ਇੰਟਰਫੀਅਰੈਂਸ ਕਰਨਾ ਪਿਆ ਸਰਕਾਰ ਦੇ ਵੱਲੋਂ 2 ਵਾਰ, ਜੋ ਗਵਰਨਮੈਂਟ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ। ਜੇ ਉਹ ਨਾ ਕਹਿੰਦੇ ਜੱਜ ਸਾਹਿਬ ਤਾਂ ਇਹ ਗੱਲ ਦੱਬ ਜਾਣੀ ਸੀ। ਅਸੀਂ ਹਰੇਕ ਹਫ਼ਤੇ ਮੈਂ ਜਦੋਂ ਲਾਈਵ ਹੋਣਾ ਮੈਂ ਇਹ ਗੱਲ ਧਿਆਨ 'ਚ ਲਿਆਉਂਦਾ ਵੀ ਸੀਐਮ ਸਾਹਿਬ ਅਸੀਂ ਇਹ ਗੱਲ ਪਿਛਲੇ 8 ਮਹੀਨਿਆਂ ਤੋਂ ਪੁੱਛ ਰਹੇ ਹਾਂ, ਮੁਲਜ਼ਮ ਤੁਹਾਡੀ ਕਸਟਡੀ ਦੇ ਵਿੱਚ ਹੈ, ਪੱਤਰਕਾਰਾਂ ਦੇ ਨੰਬਰ ਤੁਹਾਡੇ ਕੋਲ ਨੇ, ਤੁਸੀਂ ਜਿਹੜੀਆਂ ਸਿੱਖ ਦੀਆਂ ਮੀਟਿੰਗਾਂ ਕਾਹਦੇ ਲਈ ਕਰਦੀਆਂ, ਕਿਹੜੇ ਫੀਲਡ 'ਚ ਭੇਜਣੇ ਬੰਦੇ ਲੱਭਣ ਵਾਸਤੇ ਵੀ ਅੰਡਰਗਰਾਊਂਡ ਨੇ, ਰੂਪੋਸ਼ ਨੇ ਜਿਹੜੇ ਥਿਉਂਦੇ ਨਹੀਂ ਤੁਹਾਨੂੰ, ਤੁਹਾਡੇ ਕੋਲੇ ਦੋਨੇ ਬੰਦੇ ਹੈ, 15 ਮਿੰਟ ਕੋਲੇ ਬੁਲਾਓ, ਹੁਣ ਖਤਰਾ ਹੋ ਗਿਆ। ਹੁਣ ਕਾਹਦਾ ਖਤਰਾ ਸੁਣਾਉਣ ਲੱਗ ਗਿਆ ਵੀ ਜੱਜ ਸਾਹਿਬ ਨੇ ਲਏ ਖਿੱਚ ਹਾਈਕੋਰਟ ਦੀ ਨੇ, ਹੁਣ ਕਿਤੇ ਜੱਜ ਸਾਹਿਬ ਕੋਈ ਉਹੋ ਜਿਹਾ ਹੁਕਮਨਾਮਾ ਜਾਰੀ ਕਰ ਦੇਣ ਵੀ ਲਿਆਓ ਲਾਓ ਉਸਨੂੰ ਕਰੋ ਪੇਸ਼, ਉਹਦਾ ਲਾਉਣ ਮਾਣ ਤੇ ਪੁੱਛੋ ਵੀਡੀਓ ਕਿੱਥੇ ਹੋਣੀ ਹੈ। ਤਾਂ 1 ਸਾਲ ਵਾਸਤੇ ਪਾਬੰਦੀ ਲਾ ਦਿੱਤੀ, ਉਹ ਅਹਿਮਦਾਬਾਦ ਦੀ ਜੇਲ੍ਹ ਹੀ ਛੱਡੂਗਾ, ਤਾਂ ਭਰਾਵੋ ਆਪਾਂ ਨੂੰ ਜਸਟਿਸ ਕੌਣ ਦੇਊਗਾ? ਜਦੋਂ ਸਾਡੇ ਦੇਸ਼ ਦੇ ਹਾਕਮ ਜਿਨ੍ਹਾਂ ਨੂੰ ਅਸੀਂ ਚੁਣ ਕੇ ਸੱਤਾ ਦਿੱਤੀ, ਦੇਸ਼ ਦਾ ਰਾਜਭਾਗ ਦਿੱਤਾ, ਉਹ ਬਦਮਾਸ਼ਾਂ ਦੇ ਨਾਲ ਰਲੇ ਬੈਠੇ। ਤੁਸੀਂ ਕੱਲ੍ਹ ਵੇਖਿਆ ਹੋਣਾ ਜਗਰਾਓ ਪੁੱਤ ਤੋਂ ਪਹਿਲਾਂ ਕਾਰੋਬਾਰੀ ਆ ਉਹ ਹੌਜਰੀ ਦਾ, ਕਿਉਂਕਿ 2 ਘੰਟੇ ਘੁੰਮਾਉਂਦੇ ਰਹੇ, ਜਦੋਂ ਪੈਸੇ ਨਹੀਂ ਮਿਲੇ ਗੋਲੀਆਂ ਮਾਰੀਆਂ, ਜਗਰਾਓ ਦੇ ਪੁੱਤ ਤੋਂ ਥੱਲੇ ਸਿੱਟਤਾ। ਯਾਰ ਐਡਾ ਵੱਡਾ ਗੁਨਾਹ ਕਦੋਂ ਬਣਾਂਗੇ ਆਪਾਂ? ਤੁਸੀਂ ਦੇਖੋ ਪੰਜਾਬ ਦੇ ਵਿੱਚ 50 ਤੋਂ ਵੱਧ ਕਤਲ ਹੋ ਗਏ ਹੋਣਗੇ ਪਿਛਲੇ ਕੁਛ ਮਹੀਨੇ, ਰੋਜ਼ ਹੀ 2 ਕੁੜੀਆਂ ਨੇ, 1 ਵੀ ਪਰਿਵਾਰ ਦਾ ਕਿਤੇ ਤੁਸੀਂ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਬਿਆਨ ਸੁਣਿਆ ਕਰੇ? ਯਾਰ ਉਹਨੂੰ ਐਂ ਨੱਪ ਲੈਂਦੇ ਜਾ ਕੇ ਵੀ ਜੇ ਤੂੰ ਆਹ ਕੀਤਾ ਤੇ ਰਾਹ ਹੋ, ਇਕੱਲਾ ਬੰਦਾ ਜਿਹੜਾ ਬੋਲਦਾ, 1 ਵੀ ਪੂਰੇ ਪੰਜਾਬ ਦੇ ਵਿੱਚੋਂ ਇਸ ਮੁੱਦੇ ਦੇ ਉੱਤੇ ਇੱਕ ਗੱਲ ਕਹਿੰਦੇ, ਸਰਕਾਰ ਦੇ ਖਿਲਾਫ਼ ਕਹਿੰਦੇ। ਯਾਰ ਇਹ ਕੋਈ ਲਾ ਐਂਡ ਆਰਡਰ, ਕੋਈ ਵਪਾਰੀ ਆ, ਕੋਈ ਦੁਕਾਨਦਾਰ ਆ, ਨੌਕਰੀਆਂ ਦੇਣ ਤੁਹਾਡੇ ਕੋਲ ਹੈ ਨਹੀਂ, ਜੇ ਕੋਈ ਜਵਾਕਾਲ ਦਾ ਕਾਰੋਬਾਰ ਚਲਾ ਲੈਂਦੇ ਆ ਤਾਂ ਖੁਸ਼ਕਿਸਮਤੀ ਨਾਲ ਉਹਨਾਂ ਦਾ ਕੋਈ ਧੰਦਾ ਚੱਲ ਪੈਂਦਾ,
ਤਾਂ ਬੰਦੂਕਾਂ ਵਾਲੇ ਮਰ ਜਾਣਗੇ। ਹੁਣ ਚਗਰਾਉਂਗੇ ਪੁੱਤ ਤੋਂ ਗੋਲੀਆਂ ਮਾਰ ਕੇ ਸਿੱਧਾ ਬੰਦਾ ਬਚਿਆ। ਮੈਨੂੰ ਇੱਕ ਪਤਾ ਨਹੀਂ ਹੈ ਉਹਦਾ ਵਿਚਾਰੇ ਦਾ ਉਸ ਤੋਂ ਬਾਅਦ ਕੀ ਹਾਲ ਹੋਇਆ, ਪਰੰਤੂ ਘਟਨਾ ਹੋਈ ਜਾਂ ਮੈਨੂੰ ਪਤਾ।